ਦੇਖਿਆ ਜਾਵੇ ਤਾਂ ਤਕਰੀਬਨ ਹਰ ਵਿਭਾਗ ਦੇ ਵਿੱਚ ਆਮ ਜਨਤਾ ਨਾਲ ਬਦਸਲੂਕੀ ਦੇ ਕਿਸੇ ਅਕਸਰ ਹੀ ਸੁਣਨ ਨੂੰ ਮਿਲਦੇ ਰਹਿੰਦੇ, ਪਰ ਜ਼ਿਲ੍ਹਾ ਖੁਰਾਕ ਸਪਲਾਈ ਵਿਭਾਗ ਦੇ ਡਿਪੂ ਹੋਲਡਰ ਵੀ ਆਮ ਜਨਤਾ ਨਾਲ ਬਦਸਲੂਕੀ ਕਰਦੇ ਨਜ਼ਰ ਆਉਂਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਡਿਪੂ ਹੋਲਡਰ ਕਣਕ ਵੰਡਣ ਸਮੇਂ ਸ਼ਰੇਆਮ ਸ਼ਰਾਬ ਵਿੱਚ ਧੁੱਤ ਨਜ਼ਰ ਆ ਰਿਹਾ ਹੈ, ਨਾਲ ਨਾਲ ਕਣਕ ਲੈਣ ਆਏ ਜਨਤਾ ਨਾਲ ਦੁਰਵਿਵਹਾਰ ਵੀ ਕਰਦਾ ਨਜ਼ਰ ਆਇਆ। ਆਮ ਜਨਤਾ ਨਾਲ ਹੋ ਰਹੀ ਧੱਕੇਸ਼ਾਹੀ ਦੀ ਭਣਕ ਜਦੋਂ ਸਾਡੇ ਪੱਤਰਕਾਰਾਂ ਨੂੰ ਲੱਗੀ ਤਾਂ ਉਹਨਾਂ ਨੇ ਮੌਕੇ 'ਤੇ ਪਹੁੰਚ ਕੇ ਮੌਜੂਦਾ ਵਿਅਕਤੀਆਂ ਦੀ ਵੀਡੀਓ ਬਣਾਈ ਅਤੇ ਬਿਆਨ ਰਿਕਾਰਡ ਕੀਤੇ। ਇਸ ਮੌਕੇ ਮੌਜੂਦ ਵਿਅਕਤੀ ਔਰਤਾਂ ਨੇ ਡਿਪੂ ਹੋਲਡਰ 'ਤੇ ਸ਼ਰਾਬ ਪੀ ਕੇ ਜਾਤੀ ਸੂਚਕ ਸ਼ਬਦ ਬੋਲਣ 'ਤੇ ਦੋਸ਼ ਲਗਾਏ। ਮਾਮਲਾ ਇੰਜ ਸੀ ਕਿ ਬੀਤੇ ਦਿਨੀ ਨੇੜਲੇ ਪਿੰਡ ਥਾਂਦੇਵਾਲਾ ਦੇ ਡਿਪੂ ਹੋਲਡਰ ਬਲਤੇਜ ਸਿੰਘ ਉਰਫ ਨੀਟਾ ਕਣਕ ਵੰਡਣ ਸਮੇਂ ਸ਼ਰੇਆਮ ਸ਼ਰਾਬ ਪੀ ਰਿਹਾ ਸੀ ਅਤੇ ਕਣਕ ਲੈਣ ਆਈਆਂ ਔਰਤਾਂ ਅਤੇ ਵਿਅਕਤੀਆਂ ਨੂੰ ਜਾਤੀ ਸੂਚਕ ਸ਼ਬਦ ਬੋਲ ਰਿਹਾ ਸੀ। ਮੌਕੇ 'ਤੇ ਇਕੱਠੀ ਕੀਤੀ ਜਾਣਕਾਰੀ ਦੌਰਾਨ ਉਕਤ ਡਿਪੂ ਹੋਲਡਰ ਸ਼ਰਾਬੀ ਹਾਲਤ ਵਿੱਚ ਮਿਲਿਆ, ਜੋ ਤੁਸੀਂ ਝੂਲ ਝੂਲ ਕੇ ਗੱਲਾਂ ਕਰਦਾ ਦੇਖ ਰਹੇ ਹੋ। ਇਹ ਡਿਪੂ ਹੋਲਡਰ ਸ਼ਰਾਬ ਵਿੱਚ ਇੰਨਾ ਧੁੱਤ ਹੈ ਕਿ ਇਸ ਤੋਂ ਕੈਮਰੇ ਸਾਹਮਣੇ ਵੀ ਬੋਲਿਆ ਨਹੀਂ ਜਾ ਰਿਹਾ। ਥਾਂਦੇਵਾਲਾ ਦੇ ਵਸਨੀਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਡਿਪੂ ਹੋਲਡਰ ਹਰ ਵਾਰ ਹੀ ਇਸ ਤਰ੍ਹਾਂ ਹੀ ਕਣਕ ਵੰਡਦਾ ਅਤੇ ਸ਼ਰਾਬ ਪੀਂਦਾ ਰਹਿੰਦਾ ਹੈ। ਕਣਕ ਲੈਣ ਆਏ ਔਰਤਾਂ ਅਤੇ ਮਰਦਾਂ ਨੂੰ ਇਸੇ ਤਰ੍ਹਾਂ ਹੀ ਜਾਤੀ ਸੂਚਕ ਸ਼ਬਦ ਬੋਲ ਕੇ ਬੇਇੱਜ਼ਤ ਕਰਦਾ ਰਹਿੰਦਾ ਹੈ। ਸੰਬੰਧਿਤ ਵਿਭਾਗ ਦੇ ਇੰਸਪੈਕਟਰ ਮੈਡਮ ਪਵਨਦੀਪ ਕੌਰ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੇ ਭਰੋਸਾ ਜਤਾਇਆ ਕਿ ਡਿਪੂ ਹੋਲਡਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹਾਂਜੀ, ਕਿਹੜਾ ਬੇਟਾ ਆਪਣਾ ਜੀ? ਥਾਂਦੇਵਾਲਾ। ਕੀ ਲੈਣਾ ਹੈ ਤੁਸੀਂ? ਕਣਕ ਲੈਣਾ ਹੈ ਜੀ। ਅਤੇ ਕੀ ਆਉਂਦਾ ਡਿਪੂ ਹੋਲਡਰ ਤੁਹਾਨੂੰ? ਸ਼ਰਾਬ ਪੀਤੀ ਆ, ਗਾਲਾਂ ਕੱਢਦਾ। ਡਿਪੂ ਹੋਲਡਰ ਦਾ ਨਾਮ ਕੀ ਹੈ ਜੀ? ਨਾਮ ਕੀ ਹੈ ਡਿਪੂ ਵਾਲੇ ਦਾ? ਨੀਟਾ ਸਿੰਘ। ਨੀਟਾ ਸਿੰਘ। ਨੀਟਾ ਸਿੰਘ। ਨੀਟਾ ਜੀ ਦਾ ਨਾ ਤਾਂ ਹਾਂ ਤਾਂ ਸ਼ਰਾਬ ਪੀਤੀ ਆ? ਹਾਂ ਜੀ ਆਪਣੇ। ਅੱਛਾ, ਤੁਹਾਨੂੰ ਕੀ ਆਉਂਦਾ? 7 ਵਜੇ ਤੇ ਆਏ ਆ। ਪੀਲਾ ਵਾਲਾ ਪੜਾ ਜਾ ਰਿਹਾ ਤੁਹਾਨੂੰ? ਸ਼ਰਾਬ ਪੀ ਰਿਹਾ ਅੰਦਰ ਬਹਿ ਕੇ ਕੀ ਕਹਿਣਾ ਚਾਹੋਗੇ? ਸ਼ਰਾਬ ਪੀ ਕੇ ਸ਼ਰਾਬ ਪੀ ਕੇ ਤੁਹਾਨੂੰ ਕੋਈ ਜਾਤੀ ਸ਼ੂਰਕ ਸ਼ਬਦ ਵੀ ਬੋਲੇ ਜਾਂ ਨਹੀਂ? ਪੂਰਾ ਸਾਨੂੰ ਇਸ ਸੰਬੰਧੀ ਕੋਈ ਸੀਨੀਅਰ ਅਧਿਕਾਰੀਆਂ ਤੁਸੀਂ ਪਹਿਲੇ ਕੰਪਲੇਂਟ ਕੀਤੀ ਹੈ ਜਾਂ ਨਹੀਂ? ਨਹੀਂ ਸਰ, ਇਹ ਹਰ ਵਾਰੀ ਕਰਦਾ ਜਾਂ ਪਹਿਲੀ ਵਾਰੀ ਹੈ? ਦਾਰੂ ਪੀ ਕੇ ਬਣਦਾ ਜੀ। ਇਹ ਪਹਿਲੇ ਕਣਕ ਜਾਂ ਤੁਹਾਨੂੰ ਕਿਸੇ ਨੂੰ ਨਾ ਦਿੱਤੀ ਹੋਵੇ? ਪ੍ਰਸ਼ਾਸਨ ਤੋਂ ਕੀ ਕਾਰਵਾਈ ਦੀ ਮੰਗ ਕਰਦੇ ਹੋ? ਕਿੰਨੇ ਦਿੰਦੇ ਜੀ? 15 ਕਿਲੋ 18 ਕਿਲੋ ਜੀ। ਕਿੰਨੇ ਜੀ ਤੁਹਾਡੇ? ਸਾਡੇ 5 ਜੀ ਹੈ ਜੀ। ਤੁਹਾਨੂੰ ਕਿੰਨੇ ਦਿੰਦੇ ਫਿਰ ਟੋਟਲ? 15 ਦੇ ਹਿਸਾਬ ਤੇ? ਹਾਂਜੀ। ਤੇ ਪਰਚੀ ਤੁਹਾਡੀ ਪਰਚੀ ਪੂਰੀ ਕੱਟੀ ਜਾਂਦੀ ਆ? ਪਰਚੀ ਪੂਰੀ ਕੱਟੀ ਜਾਂਦੀ ਆ ਜੀ। 25 ਕਿਲੋ ਅਤੇ ਦਿੰਦੇ ਪਤਾ ਨਾਲ ਦੀ ਨਾਲ ਪਾੜ ਕੇ 30 ਕਿਲੋ ਆਉਂਦੀ ਆ। ਪਾੜ ਦਿੰਦੇ ਆ, ਗੱਟੇ ਪਾੜੀ ਵੀ ਜਾਂਦੇ ਆ? ਹਾਂਜੀ ਹਾਂਜੀ, ਪਾੜੀ ਵੀ ਕੱਟੀ ਜਾਂਦੇ, ਪਾੜ ਕੇ ਮੁਰੀਆ ਤੇ ਵੀ ਵੱਢ ਲੈਂਦੇ ਆ। ਜਿਹੜਾ ਗੱਟਾ ਵੱਧ ਹੁੰਦਾ ਉਹ ਕੱਢ ਲੈਂਦੇ, ਕਿਲੋ ਡੇਢ ਕੱਢਦੇ ਆ। ਕੀ ਤੁਹਾਨੂੰ ਪਤਾ ਵੀ ਗੱਟਾ ਐਵੇਂ ਨਹੀਂ, ਐਵੇਂ ਤੁਹਾਨੂੰ ਪ੍ਰਤੀ ਜੀ ਦੇਣਾ ਹੁੰਦਾ ਇਹਨਾਂ ਨੇ? ਨਹੀਂ ਜੀ, ਭਰਤੀ ਬਰਾਬਰ ਤਾਂ ਦਿੱਤੇ ਨੇ, ਜਿੰਨੇ ਪਿੱਛੋਂ ਭਰਤੀ ਹੁੰਦੀ ਉਹ ਸਾਨੂੰ ਭਰਤੀ ਨਹੀਂ ਦਿੱਤਾ ਜਾਂਦਾ, ਗੱਟਾ ਤੋਲਿਆ ਜਾਂਦਾ। ਉਹ ਗੱਟਾ ਤੋਲ ਕੇ ਸਾਨੂੰ ਆਪਦੇ ਗੱਟੇ 2 ਕਿਲੋ ਵੱਧ ਜਾਂ 100 ਗ੍ਰਾਮ ਵੱਧ ਜਾਂ 2 ਕਿਲੋ ਵੱਧ ਜਾਂ 1 ਕਿਲੋ ਵੱਧ ਜਾਂ 1 ਕਿਲੋ ਵੱਧ ਜਾਂ ਪਲਟ ਕੇ ਦੇ, ਉਹਦੇ ਵਿੱਚੋਂ 1 ਕਿਲੋ 1.5 ਕਿਲੋ ਕਣਕ ਕੱਢ ਲੈਂਦੇ ਆ। ਪੂਰੀ ਪੂਰੀ ਗੱਟਾ ਸਾਨੂੰ ਪਿੱਛੋਂ ਤੋਲਿਆ ਹੋਇਆ ਗੱਟਾ ਸਾਨੂੰ ਨਹੀਂ ਮਿਲਦਾ। ਹੁਣ ਤੁਸੀਂ ਕਹਿ ਰਹੇ ਸੀ ਇਸ ਕੰਮ ਛੱਡ ਕਿੱਥੋਂ ਆਏ ਭਲੇ ਤੁਸੀਂ? ਕੋਲੇ 15 ਬੁੜੀਆਂ ਬੈਠਿਆ ਤੂੰ ਗਾਲਾਂ ਕੱਢਦਾ? ਕਿਹੜਾ ਲੱਗਦਾ? 15 ਹੋਰ ਦਾਰੂ ਪੀ ਜਾਂਦਾ, ਉਹ ਪੀਆਂ ਬੋਤਲਾਂ ਸੁੱਟੀਆਂ। ਸ਼ਰਾਬ ਕਰ ਪੀਤੀ? ਹਾਂ ਵੇਖ ਲੈ ਯਾਰ, ਹੁਣ ਵੇਖ ਲੈ ਤੁਸੀਂ ਜਿੰਨਾ ਸ਼ਰਾਬ ਪਈ ਆ। ਕਰੋ ਗੱਲ, ਕਰੋ ਗੱਲ ਬਾਈ, ਜਿਹੜੀ ਗੱਲ ਤੇ ਮੈਂ ਸਹੀ ਆ, ਮੈਂ ਸਹੀ ਆ, ਜਿਹੜੀ ਗੱਲ ਤੇ ਸਹੀ ਹੋਣਗੇ ਸਹੀ ਹੋਣਗੇ, ਗੱਲ ਕੋਈ ਨੀ। ਮੈਂ
मेरे पापे दे नाम दे डिपो मेरे नाम दे डिपो ये नहीं हुंदा सी हां जी अच्छा सानू 20 साल हो गए काम करदे नु ड्यूटी करवानी है मेरे डैडी दी अज शराब पीती है ठीक है मैं आप मरदा ही नहीं पिंदे सी जे असि किसी नु कोई नजायज धक्का कीता कणक कट दित्ती आ एक बंदा मुरिया के इथे आके आ कोई कहवे आ जाओ भाई थोड़े सामने हुन तराज लग रहे कणक कट दे लग रहे लाउंदा फिर ल्याओ ना जी इथे ल्याओ केड़ा बंदा सीगा भाई केड़ा दा सानू कट दे भाई जी सानू तो बोलन दंदे असि ओ गलत आ पुछ लन सानू ओ कह रहे भी सानू ने अपशब्द बोले आ कणक दी नहीं कट कह रहे ओ अपशब्द बोले सानू ओदे बारे तुसी की कहना चाहुंदे अपशब्द बोले कि नहीं मैं बैठा सीगा जी इधर मैं बैठा सीगा परचियां गड्डी एना मैं ही कणक तोल दांगा एक बंदा आख दे मैं किसी नु अपशब्द बोलिया वा या होर कुछ बोलिया वागा ठीक है इधर फादर साहब बैठे सीगे इन्हां दा मैनू नहीं पता मेरे कोले रास सीगा ज्यादा मैं ही दोवें काम कर रहा कणक भी मैं तोड़ रहा ते परचियां भी मैं कढ रहा इह तां इधर साइड ते बैठे आ ठीक है नहीं हां इन्ने बंदे खड़े इक बंदा आखदे मैं किसी नु गाल कढी आ जड़ा भजी तो बिना बोलिया ਬਾਈ ਜੀ ਤੁਹਾਡਾ ਬੇਟੇ ਦਾ ਨਾਂ ਲੈ ਰਿਹਾ ਤੁਹਾਡੇ ਨਾਲ ਆ ਰਿਹਾ ਵੀ ਸਾਨੂੰ ਅਪਸ਼ਬਦ ਬੋਲੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਹਾਂਜੀ ਮੈਂ ਬਲਤੇਜ ਸਿੰਘ ਦੰਦੇਵਾਲੇ ਤੋਂ ਨਹੀਂ ਨਹੀਂ ਕੀ ਕਹਿਣਾ ਚਾਹੁੰਦਾ ਤੁਹਾਡਾ ਲੋਕ ਕਹਿ ਰਹੇ ਵੀ ਡਿਪੂ ਤਾਂ ਸਾਨੂੰ ਗਾਲੀ ਗਲੋਚ ਕੀਤੀ ਹੈ ਨਹੀਂ ਜਿਹੜਾ ਬੰਦਾ ਵੀ ਆਂਦਾ ਗਾਲੀ ਗਲੋਚ ਕੀਤੀ ਆ ਤੇ ਉਹਨੂੰ ਸਾਹਮਣੇ ਸੱਦ ਲਓ ਤੁਸੀਂ ਮੈਂ ਤਾਂ ਕੋਈ ਆਂਟੀ ਲੱਗਦੀ ਹੋ ਕੋਈ ਭਰਾ ਲੱਗਦਾ ਮੈਂ ਕਹਿੰਦਾ ਜੀ ਮੈਂ ਆਪਾਂ ਸਾਰੇ ਮੈਚ ਕਰਦੇ ਆ ਇਹ ਬੰਦੇ ਆ ਤੁਹਾਡੇ ਮੂਹਰੇ ਗਵਾਹ ਖੜਾ ਬੰਦਾ दारू पी के शरेआम वधिया कुर्सी कोले पिया जी शरेआम ने गाला कटिया पूरा कहने जी शरेआम हां दोस्तो तुहाडे मुंह ते कह रहे भाई जी तुहाडे मुंह ते दारू दारू इथे पई आ तुहाडी ना लड़िया चुप कर मैनू नी होर बंदे नू ਕਣਕ ਲੈਣ ਆ ਜਾਂਦੇ ਆ ਕਿਸੇ ਨੂੰ ਕਹਿੰਦਾ ਮੈਂ ਕਣਕ ਦੇਣੀ ਨਹੀਂ ਭਾਜੋ ਇੱਥੋਂ ਐ ਕਰਦਾ ਜੋ ਕਰਦਾ ਐ ਬੋਲਦਾ ਗਾਲਾਂ ਕੱਢਦਾ ਦਾਦੂ ਯਾਰ ਬੋਲ ਲਾ ਤੂੰ ਜਿਹੜਾ ਬੋਲਣਾ ਤੂੰ ਬੋਲ ਤੂੰ मशीन चलाउणा 20 साल हो गए साडे कोले डिपू आ एक बंदा आ के आखदे बई जी साडी एक केड़े नाते ਬਲਤੇਜ ਸਿੰਘ ਦੇ ਨਾਂ ਤੇ ਡਿਪੂ ਆ ਮੇਰੇ ਨਾਂ ਦੇ ਡਿਪੂ ਨਹੀਂ ਹੁੰਦਾ ਸੀ ਅਜੇ ਇਧਰ ਨੂੰ ਯਾਰ ਇਧਰ ਨੂੰ ਯਾਰ ਮੈਂ ਹੀ ਬੋਲਦਾ ਮੈਂ ਹੀ ਬੋਲਦਾ 1% ਕਿਸੇ ਦੀ ਕਣਕ ਖਾਦੀ ਹੋਵੇ 100 ਜਣਾ ਖੜਾ ਗੁਰਦੁਆਰੇ ਸਪੀਕਰ ਤੇ ਹੋਕਾ ਦਵਾ ਲਓ ਮੈਂ ਦੇਣਦਾਰ ਬੈਠਾ ਸਾਰੀ ਕਣਕ ਬਣਾਓ ਸਾਰਿਆਂ ਦੀ ਸ੍ਰੀ ਮੁਕਤਸਰ ਸਾਹਿਬ ਤੋਂ ਮਨਜੀਤ ਸਿੱਧੂ ਬਰਾੜ ਦੀ ਖਾਸ ਰਿਪੋਰਟ